அடிக்குது சொல்லி சிப்பி காலா காலா அப்படே கிட போயோதே எல்லாம் தூவில ஹோலி சோட்ட மாமா மேட்ச் கேட்டுண்டே ഓയേ ഗന്ധിയേ ചക്കളേ ഓയ വടേ മൂവാളയ ഓയ ബിജു മൂയാ തീരായി തേകി ഗാമേ ഓയ ജാകെ ഗന്ധി നാളി ച മൂ മാറി ഓയേ ചൗക്കിദാർ നൂ വേക്കേ ലുക്കണ ആളയാ ഗോളി മാരാ ತನ್ನ ಮೊದ್ದೆ ಕುವೆಚಿನ ಚಾವಂಗ ತನ್ನ ದೋದ ಹತ್ತಿಕರಂಗ ತನ್ನ ಹತ್ತು ಕಡಿ ಇಲ್ಲವಂಗ ತನ್ನ ದಾಲ್ ಚಿಕಡಿ ಸಾಂಗ ತನ್ನ ಮೋ ಹರ್ಷ ಕರಂಗ ತನ್ನ ಪತ ಇಲ್ಲಗೂ ತನ್ನ ಪತ ಇಲ್ಲಗೂ ਲੋਬੀ ਬੱਚੇ ਜਮੂਰੇ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਤੇਰੀ 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 ਓਏ ਕੁੱਤਿਆ ਇਸ ਕੁੱਕੜੀ ਦੇ ਕਰੈਕਟਰ ਦੇ ਬਾਰੇ 'ਚ ਦੱਸ ਨਹੀਂ ਤਾਂ ਮੈਂ ਤੈਨੂੰ ਦੱਸਾਂ ਓਏ ਤੈਨੂੰ ਪਤਾ ਤੂੰ ਦਾਦਾ ਬਣਨ ਵਾਲਾ ਵਾ ਚੂਲੇ ਮਾਇਆ ਵਾ 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 ਮੇਰੇ ਕੋ ਭਾਜੀ ਮਾਫ ਕਰ ਦੋ ਮੈਨੂੰ।
Aloh, mah tadinya jukta tuh tanggang ya mah. ਸਿਆਣੇ ਕਹਿੰਦੇ ਨੇ ਖੰਡ ਖਾਓ ਵੰਡ ਖਾਓ, ਇਸ ਲਈ ਤੂੰ ਸਾਡੇ ਵੱਲੋਂ ਪੁੱਛਿਆ ਹੋਇਆ ਕੇਕ ਖਾ। ਅੱਛਾ ਫਿਰ ਮਿਸ ਕਾਲ ਮਾਰੀ। ਮੈਂ ਮੋਮਬੱਤੀ ਤੇ ਨਹੀਂ ਖਾਂਦਾ। ਹੁਣ ਦੱਸ ਨਿਕਲ ਗਈ ਨਾ ਸਾਰੀ ਹਰਾਮ ਦੀ ਕਮਾਈ, ਹੋਰ ਸਵਾਦ ਲੈਣਾ। ਓ ਮੇਰੀ ਤਵਾ, ਮੇਰੇ ਪਿਓ ਦੀ ਤਵਾ। ਜੀ ਕੀ ਹਾਲ ਆ, ਮੈਂ ਤੁਹਾਡਾ ਖਾਦਮ, ਮੈਂ ਤੁਹਾਡੇ ਖਿਦਮਤ ਚ ਹਾਜ਼ਰ। ਮਕਾਨ ਚਾਹੀਦਾ ਜਿੱਦਾਂ ਦਾ ਮਰਜ਼ੀ ਲੈ ਲਓ, ਪਲਾਟ ਚਾਹੀਦਾ, ਮਕਾਨ ਚਾਹੀਦਾ, ਕੋਠੀ ਚਾਹੀਦੀ, ਬੰਗਲਾ ਚਾਹੀਦਾ। ਉਹ ਸ਼ਕਲ ਵੇਖ ਕੇ ਤੁਹਾਡੇ ਲੱਗਦਾ ਕਿ ਜਿੱਦਾਂ ਤੁਸੀਂ ਕਿਰਾਏ ਦਾ ਮਕਾਨ ਲੈਣਾ ਜਾਂ ਉਹ ਸਾਹਮਣੇ ਲੈ ਲਓ। ਓ ਮਿਹਰਬਾਨੀ ਮਿਹਰਬਾਨੀ, ਲੱਗਦਾ ਤੇ ਨਹੀਂ ਸੀ ਤੁਸੀਂ ਮੈਨੂੰ ਦਓਗੇ ਮੈਨੂੰ। ਚਲੋ ਫਿਰ ਮਿਲਾਂਗੇ, ਬਾਏ ਬਾਏ। ਮਟੀਰੀਅਲ ਇਹ ਕੀ ਕੰਜਰ ਖਾਣਾ ਸ਼ੁਰੂ ਕੀਤਾ ਤੂੰ, ਕਿੱਥੋਂ ਲਿਆ ਮਕਾਨ? ਕੀ ਹੋ ਗਿਆ? ਹੌਸਲਾ ਰੱਖ, ਹੌਸਲਾ ਰੱਖ ਯਾਰ, ਹੌਸਲਾ ਰੱਖ। ਹੌਸਲਾ ਰੱਖ ਬੰਗਲਾ ਵਾ, ਕਿਹੜਾ ਬੰਗਲਾ ਵਾ? ਦੱਸ ਚੌਂਪੜੀਆਂ, ਮਤਲਬ ਚੌਂਪੜੀ ਤੋਂ ਹੀ ਪੱਤਰ ਮੇਰੇ ਇੰਨੇ ਪੈਸੇ ਲਵਾ ਤੇ ਤੂੰ ਮੇਰੇ ਪੈਸੇ ਨੇ ਕੀਤਾ ਕੀ? ਦੱਸ ਕਚੂਰਾ ਖਾਦੀਆਂ, ਅੰਗੂਰ ਖਾਦੇ, ਕੀ ਖਾਦਾ ਖਾਦਾ ਕੀ? ਦੱਸ ਤੂੰ ਬੰਦਾ ਚੰਗਾ, ਮੇਰੇ ਬੇਲੀ ਨਹੀਂ ਆਈ ਤੂੰ ਬਾਬਾ, ਤੇਰੇ ਬਰਾਉਣੀ ਮੈਂ ਤੈਨੂੰ ਕਹੀ। ਦੱਸ ਮੇਰੇ ਉਹ ਕੁੰਲਾ ਕੁੱਤਿਆ, ਚੁੱਪ ਕਰ ਜਾ। ਬਾਬੇ ਨੇ ਮੈਨੂੰ ਅੰਦਰੋਂ ਘੱਲਿਆ ਵਾ ਬਾਬਾ, ਕਹਿਣ ਡਿਆ ਵਾ ਕੀ ਕੰਜਰਖਾਨਾ ਲਾਇਆ, ਆਪਣਾ ਕੰਜਰਖਾਨਾ ਬੰਦ ਕਰੋ ਤੇ ਸਾਨੂੰ ਸੌਣ ਦਿਓ। ਕੀ ਕਿਹਾ ਉਹਨਾਂ ਨੇ? ਓ ਮੈਂ ਕਿਹਾ ਬਾਬਾ ਕਹਿੰਦਾ ਵਾ ਆਪਣਾ ਕੰਜਰਖਾਨਾ ਬੰਦ ਕਰੋ, ਉਹ ਕਹਿੰਦੇ ਬਾਬੇ ਨੇ ਆਪਣਾ ਲਾਣਾ ਵਾ। ਖੁਸ਼ਖਬਰੀ ਤੇ ਨਾਲ ਗੰਜੇ ਮੰਜੇ ਬਾਬੇ ਲਈ ਖੁਸ਼ਖਬਰੀ, ਜੇ ਤੁਸੀਂ ਪੈਦਾਇਸ਼ੀ ਗੰਜੇ ਹੋ ਜਾਂ ਤੁਹਾਡੀ ਬੁੱਢੀ ਨੇ ਤੁਹਾਨੂੰ ਛਿੱਤਰ ਮਾਰ ਮਾਰ ਕੇ ਗੰਜਾ ਕਰ ਦਿੱਤਾ ਹੈ ਤੇ ਉਹਦਾ ਸਾਡੇ ਕੋਲ ਹੱਲ ਹੈ, ਹੁਣ ਤੁਹਾਡੇ ਦੁਬਾਰਾ ਵਾਲ ਆ ਸਕਦੇ ਆ। ਬਸ ਤੁਹਾਨੂੰ ਇੱਕ ਕੰਮ ਕਰਨਾ ਪਿਆ ਕਰੂਗਾ, ਸੁਬਾਹ ਉੱਠਣ ਤੋਂ ਪਹਿਲੇ ਤੇ ਰਾਤ ਨੂੰ ਸੌਣ ਤੋਂ ਬਾਅਦ ਤੁਹਾਨੂੰ ਇੱਕ ਕੰਮ ਕਰਨਾ ਪਿਆ ਕਰੂਗਾ, ਜਿਹੜਾ ਹੁਣ ਮੈਂ ਤੁਹਾਨੂੰ ਨੁਸਖਾ ਦੱਸਣ ਲੱਗਾ ਵਾਂ, ਉਹ ਤੁਹਾਡੇ ਬੜਾ ਕੰਮ ਆਏਗਾ। ਸੁਣ ਲਓ, ਹੁਣ ਚੁੰਮੀਆਂ ਦੇਣੀਆਂ ਆਊ। Thank you.
ਲਓ ਵੀ ਬਾਬਾ ਜੀ ਮੈਂ ਇੱਕ ਐਸੀ ਦਵਾਈ ਤਿਆਰ ਕੀਤੀ ਹੈ ਮੀਆਂ ਚੋਨੂੰ ਦੀ ਟਾਪ ਕਲਾਸ ਜਿਹੜੀ ਤੁਹਾਡੇ ਰੋਬੜੇ ਸ਼ੋਬੜੇ ਖਤਮ ਕਰ ਦੂ। ਮੇਰੇ ਤੇ ਰੋਬੜਾ ਕੋਈ ਹੈ ਹੀ ਨਹੀਂ। ਉਹ ਬਜ਼ੁਰਗੋ ਨਹੀਂ ਹੈ ਤਾਂ ਹੁਣੇ ਨਵਾਂ ਪਾ ਦਿੰਦੇ। ਹੈਲੋ ਓ ਕੁੱਤਿਆ, ਮੈਂ ਡੱਬੇ ਦਾ ਜਿੰਨਾ, ਮੈਨੂੰ 100 ਸਾਲ ਬਾਅਦ ਜਗਾਤਾ। ਕੋਈ ਨੀ ਕੋਈ ਨੀ, ਸਾਨਾ ਕੋ ਗਲਤੀ ਹੋ ਜਾਂਦੀ, ਆਪਾਂ ਦੁਬਾਰਾ ਟਰਾਈ ਕਰਦੇ ਹਾਂ। ਲੋ ਗੁਆਂਢੀਆਂ ਨਾਲ ਰਲ ਕੇ ਰਹਿਣਾ ਚਾਹੀਦਾ, ਲੜਨਾ ਨਹੀਂ ਚਾਹੀਦਾ, ਸਮਝਿਆ? ਜਗ੍ਹਾ ਸਹੀ ਆ, ਬਹੁਤ ਸ਼ਾਨਦਾਰ ਆ, ਆਪਣਾ ਆਫਿਸ ਇੱਥੇ ਸਹੀ ਰਹੂਗਾ। ਚੱਲ ਫਿਰ ਮਜ਼ਦੂਰਾਂ ਨੂੰ ਕੰਮ ਤੇ ਲਾਈਏ। ਥੱਲੇ ਉਤਰ ਕੇ ਗੱਲ ਸੁਣੋ ਮੇਰੀ। ਮੈਂ ਕੀ ਕਿਹਾ, ਮੈਂ ਕਿਹਾ ਜਿੰਨੀਆਂ ਵੀ ਜ਼ਮੀਨਾਂ ਵਾ ਸਾਡੀਆਂ ਵਾ, ਤੇ ਤੁਸੀਂ ਕਿਹਦੇ ਕੋਲ ਪੁੱਛ ਕੇ ਇੱਥੇ ਆਏ ਹੋ? ਨਿਕਲ ਜਾਓ ਇੱਥੋਂ ਬਾਹਰ। ਇਹ ਤੇਰੀ ਜ਼ਮੀਨ ਨਹੀਂ ਹੈ, ਪਤਾ ਕਾਹਦੀ ਜ਼ਮੀਨ ਹੈ? ਇਹ ਮਿੱਟੀ ਦੀ ਜ਼ਮੀਨ ਹੈ। ਬੂਆ ਖੋਲੋ, ਕਿੱਧਰ ਚੱਲੋ? ਮੈਨੂੰ ਬੂਆ ਖੋਲੋ।
ਮੈਂ ਕਿਹਾ ਬੂਆ ਖੋਲੋ। ਖੁੱਲੋ ਜੋ, ਮੇਰੀ ਗੱਲ ਸੁਣੋ। ਪਤਾ ਨੀ ਕੌਣ ਤੁਹਾਡੇ ਆਂਡੇ ਪੀ ਕੇ ਮੇਰਾ ਨਾਂ ਲਾ ਦਿੰਦਾ ਵਾ, ਮੈਂ ਉਹਨੂੰ ਫੜ ਲਾਂਗਾ, ਬਸ ਤੁਸੀਂ ਮੇਰਾ ਸਾਥ ਦਿਓ। ਰੋਜ਼ ਦਾ ਕੁੱਤਖਾਨਾ ਹੁਣ ਮੈਂ ਮੁਕਾ ਹੀ ਛੱਡਣਾ, ਜਾਂ ਉਹ ਦੋਵੇਂ ਹਨ ਨੀ ਜਾਂ ਮੈਂ ਹੈ ਨੀ। ਉਰੇ ਬਣਾ ਹਿੱਲੀ ਨਾਲ, ਨਹੀਂ ਤਾਂ ਬਹੁਤੀ ਸੱਟ ਲੱਗ ਜੂ। ਲੈ ਇਸਤੇਮਾਲ ਕਰ। ਯਾਰ ਤੈਨੂੰ ਪਤਾ ਥੋੜਾ ਕਿੱਦਾਂ ਚਲਾਈਦਾ। ਆਹੋ ਈਕਲੀ ਪਕੀ ਈਕਲੀ ਵੱਡੇ ਮੂੰਹ ਦੀ ਮਾਰੀ ਆ ਗਈ। ਓ ਮੈਂ ਤੇ ਕਿਹਾ ਸੀ ਮੈਂ ਹੀ ਕੁੱਤਾ। ਲੱਤਾਂ ਤਾਂ ਕਰਕੇ ਬਾਹਰ ਨਿਕਲਿਆ ਉਹ ਛੇਤੀ ਨਾਲ। ਗੰਦੀ ਲਾਲੀ ਛੱਤ ਮਾਰ ਦਿੰਦਾ, ਪਰ ਤੁਹਾਨੂੰ ਨਹੀਂ ਮਾਰ ਚਾਹੀਦਾ। ਕੋਈ ਨੀ ਕੋਈ ਨੀ, ਐਵੇਂ ਲੜੀ ਲੜੀ ਹੁੰਦਾ। ਉਰੇ ਆ ਯਾਰ, ਇੰਨਾ ਭਾਰ ਤੇਰਾ ਨਹੀਂ ਹੈ ਜਿੰਨਾ ਤੇਰੇ ਮੂੰਹ ਦਾ ਭਾਰ ਹੈ। ਐਡਾ ਕੁਝ ਨੀ ਮੂੰਹ ਹੈ। ਤੁਸੀਂ ਬਿਲਕੁਲ ਸਹੀ ਕਿਹਾ ਵਾ, ਇਨਸਾਨਾਂ ਨੂੰ ਹਮੇਸ਼ਾ ਰਲ ਕੇ ਰਹਿਣਾ ਚਾਹੀਦਾ ਵਾ। ਹੈਲੋ ਛਾਦੀ। ਹਾਂ ਯਾਰ, ਕੀ ਹਾਲ ਆ ਤੇਰਾ? ਆਪਣੀ ਅਜੇ ਇੱਕ ਬੰਦੇ ਵੱਲ ਦਾਵਤ ਆ, ਸਾਲਣ ਬੜਾ ਮਜ਼ੇਦਾਰ ਪੱਕਾ। ਆਲੂ ਪੱਕੇ ਆ, ਗੋਂਗਲੂ ਪੱਕੇ ਆ, ਤੇ ਹੋਰ ਕਰੇਲੇ ਵੀ ਆ। ਹਾਂ ਫਿਰ ਮਿੱਠੇ ਕਰੇਲੇ ਵੀ ਪੱਕੇ ਆ ਤੇਰੇ ਪਸੰਦੀਦਾ, ਛੇਤੀ ਛੇਤੀ ਆਇਆ ਬਸ। ਕਲੋਜੋ, ਅਸੀਂ ਤੇ ਨਹੀਂ ਕਿਸੇ ਦੀ ਵੀ ਦਾਵਤ ਕੀਤੀ। ਓਏ ਤੈਨੂੰ ਨੀ ਪਤਾ ਯਾਰ, ਅਸੀਂ ਬਾਬੇ ਦੇ ਮਰੀਜ਼ ਆ। ਬਾਬੇ ਨੇ ਕਿਹਾ ਸੀ ਤਵੀਜ਼ ਲੈ ਜਿਓ ਤੇ ਨਾਲੇ ਦਾਵਤ ਖਾ ਜਿਓ ਮੇਰੇ ਵੱਲੋਂ। ਓ ਬਾਬਾ ਜੀ, ਉਹ ਕਹਿੰਦੇ ਅਸੀਂ ਤੁਹਾਡੇ ਮਰੀਜ਼ ਆ, ਤੁਸੀਂ ਦਾਵਤ ਕੀਤੀ ਸਾਡੀ। ਹਾਂ ਮੇਰੇ ਮਰੀਜ਼ ਆ। ਹਾਂ ਮੇਰੇ ਮਰੀਜ਼ ਕਿੱਥੋਂ ਆ ਗਏ? ਉਡਾ ਉਡਾ ਪਾਜਾ ਤਾਂ ਦਵਾਜਾ, ਕੀ ਇਹਨਾਂ ਨੇ ਤੰਗ ਕੀਤਾ। ਓਏ ਇਸ਼ ਉੜ। ਉਰੇ ਲਿਆ ਪੁਰ ਜਾਂ ਜੜ। ਓਏ ਬਾਬਾ
ਮੇਰੇ ਭਾਤੀ ਬਾਬੇ ਨੇ ਅੱਜ ਨਹੀਂ ਬਚਣਾ ਵੇ ਮੰਗਣ ਲਈ ਆਪਣੇ ਪਿੰਡ ਪੈਣੀ ਤੇ ਆਪਾਂ ਨੂੰ ਛੱਡਣਾ ਹਾਲੇ ਪਿਆਰ ਦੇ ਹੁੰਦਾ ਪਾਣੀ ਦਾ ਹਾਲੇ ਨੂੰ ਮੈਂ ਅੱਗ ਪਾ ਇੱਜ਼ਤ ਬੰਦੀ ਆ ਬਚਾਉਣਾ ਮੰਗਾਂ ਤੇਰਾ ਬਾਬਿਆ ਛੱਕਾ ਖਾਣਾ ਮੂੰਹ ਖੋਲ ਆਪਣਾ ਭਰੀ ਜਵਾਨੀ ਚ ਦੰਦ ਤੜਵਾ ਲੈ ਕੁੱਤਿਆ ਕਿਵੇਂ ਗੰਦੇ ਚੁੱਪੇਗਾ ਦੱਸ ਮੈਨੂੰ ਖਲੋ ਜਾ ਮੇਰੀ ਗੱਲ ਸੁਣ ਲੈ ਇੱਕ ਵਾਰੀ ਮੇਰੀ ਗੱਲ ਸੁਣ ਲੈ ਵੇ ਤੱਤਿਆ ਤੇਰੇ ਵੀ ਸੀਨੇ 'ਚ ਦਿਲ ਹੋਏਗਾ ਜੇ ਮੈਂ ਮਰ ਗਿਆ ਮੈਂ ਤੇ ਜਾਊਂਗਾ ਜੰਨਤ ਦੇ ਵਿੱਚ ਤੇ ਤੂੰ ਤੂੰ ਜਾਏਗਾ ਸਿੱਧਾ ਅਜ਼ਾਬ ਦੇ ਵਿੱਚ ਜਹਨਮ 'ਚ ਜਾਏਗਾ ਜਹਨਮ 'ਚ ਤੇ ਮੈਂ ਜੰਨਤ 'ਚ ਤੈਨੂੰ ਬਹਿ ਕੇ ਗੱਲ ਕੱਢਾਂਗਾ ਲੱਗਦਾ ਵਾ ਇਹਨੇ ਸੱਚੀ ਮੁੱਚੀ ਦੋ ਦੱਕੀ ਦੇਣਾ ਵਾ ਬਹੁਤ ਵੱਡਾ ਮੂੰਹ ਆ ਗਿਆ ਜੇ ਇੱਧਰ ਧਿਆਨ ਮਾਰ ਇੱਧਰ ਮੂੰਹ ਪਾਵੀਂ ਜਰਾ ਤੈਨੂੰ ਮੈਂ ਫਿਲਮ ਵਿਖਾਵਾਂ ਉਹ ਚਾਚੀ ਉਹ ਤੇਰੇ ਪਿੱਛੇ ਕੁੱਤਾ ਉਹ ਮੇਰੇ ਪਿੱਛੇ ਕੁੱਤਾ ਨਹੀਂ ਤੇਰੇ ਪਿੱਛੇ ਕੁੱਤਾ ਤੇਰੇ ਪਿੱਛੇ ਬਾਬਾ ਯਾਰ ਉਹ ਮੇਰੇ ਪਿੱਛੇ ਤੇ ਬਾਬਾ ਵਾ ਉਹ ਬਾਬਾ ਹੀ ਤੇ ਕੁੱਤਾ ਵਾ ਯਾਰ ਉਹ ਭਾਈ ਵੱਡੇ ਮੂੰਹ ਦੇ ਕੇ ਮੁੰਡੇ ਦੇ ਮੁੰਡੇ ਦੇ ਕੇ ਮਾਦੀ ਮਾਦੀ ਦੇ ਪਿੱਛੇ ਕੁੱਤਾ ਤਿੰਨੇ ਬਰੇ ਪਾਣੀ ਕੇ ਲੈਂਦੇ ਨੇ ਮੁੰਡੇ ਨੂੰ ਜੋਰ ਚੜੇ ਤਾਂ ਜਵਾਨੀ ਦਾ ਆਏ ਤੇ ਤੁਸੀਂ ਦੇਖੋ ਕਿਹੜਾ ਜਿੱਤੇ ਦਾ ਓਏ ਆ ਬੱਤੇ ਕਿੰਨੇ ਵਜਾਤੇ ਆ ਮਾਮਾ ਬਿਜਲੀਆਂ ਵੇਲਣ ਦਿੱਤਾ ਮਾਦੀ ਕਿੱਥੇ ਆ ਤੂੰ ਓਏ ਆਪਣੇ ਬੱਚਿਆਂ ਦੇ ਪੈਸੇ ਕਲਾਈ ਜਾਓ ਤੇ ਕੁਲਫੀਆਂ ਮੰਗਾਈ ਜਾਓ ਫੇਰ ਨਾ ਕਹਿਣਾ ਮਾਦੀ ਕੁਲਫੀਆਂ ਵਾਲਾ ਚਲਾ ਗਿਆ ਔਰ ਪਈਏ ਵਾਲੀ ਹੈਗੀ ਕੁਲਫੀ ਲਾਲ ਰੰਗ ਦੀ ਐਲਾ ਲਾਲ ਰੰਗ ਦੀ ਕੁਲਫੀ ਇਹ ਐਲਾ ਅਸੀਂ ਤੁਹਾਡੇ ਨਾਲ ਦੋਸਤੀ ਕਰਨਾ ਚਾਹੁੰਦੇ ਹਾਂ ਤੁਹਾਡੇ ਨਾਲ ਦੋਸਤੀ ਕਰ ਲਓ ਚਗੜਾ ਮਕਾਓ ਤੇ ਆ ਖਾਓ ਆਓ ਮਿਹਰਬਾਨੀ ਸਾਨੂੰ ਭਾਕ ਲੱਗੇ ਨੇ ਕਰਦਾ ਵਾ ਹੂੰ ਕੋਚੀ ਉੱਚੀ ਜਾ ਡਿੱਗਦਾ ਵਾ ਏ
Come.